ਜਸਬੀਰ ਭੁੱਲਰ ਦੀ ਕਹਾਣੀ ਦੋਸਤੀ ਦੇ ਕੌਲ ਫੁੱਲ। ਉਸ ਦਿਨ ਇੱਕ ਕੱਲ ਗਰੀਬੀ ਵਾਂਗੂ ਹਾਵੀ ਹੋਈ ਬੈਠੀ ਸੀ। ਬਗਾਨੇ ਚਿਹਰਿਆਂ ਦੀ ਭੀੜ 'ਚ ਅਜੇ ਇੱਕ ਕੱਲ ਨੇ ਖੁਦਕੁਸ਼ੀ ਨਹੀਂ ਸੀ ਕੀਤੀ ਜਦੋਂ ਮੈਂ ਆਪਣੇ ਵੱਲ ਘੂਰ ਦੀਆਂ ਅੱਖਾਂ ਫੜ ਲਈਆਂ। ਚਾਲ ਢਾਲ ਤੋਂ ਮੈਂ ਉਹਦੇ ਫੌਜੀ ਹੋਣ ਦਾ ਅੰਦਾਜ਼ਾ ਲਾਇਆ, ਉਹਦੇ ਨਕਸ਼ ਚੇਤੇ ਦੀ ਕਿਸੇ ਹਨੇਰੀ ਗੁੱਠ 'ਚ ਰੜ ਕੇ। ਇਸ ਤੋਂ ਪਹਿਲਾਂ ਕਿ ਬੀਤੇ ਦੇ ਪਾਣੀਆਂ ਦੀ ਝਿਲਮਿਲ ਕੁਝ ਪਾਰਦਰਸ਼ੀ ਹੁੰਦੀ, ਮੇਰੇ ਕੋਲੋਂ ਦੀ ਲੰਘ ਗਿਆ। ਸਦਰ ਬਾਜ਼ਾਰ ਦਾ ਚੱਕਰ ਲਾ ਕੇ ਮੈਂ ਸਿਨਮੇ ਵਾਲੇ ਪਾਸੇ ਮੁੜਿਆ ਤਾਂ ਉਹ ਫਿਰ ਸਾਹਮਣਿਓਂ ਤੁਰਿਆ ਆਉਂਦਾ ਦਿਸ ਪਿਆ। ਇਹ ਸਵਾਰੂ ਪਹਿਲਾਂ ਠਿਠਕਿਆ, ਫਿਰ ਮੇਰੇ ਕੋਲ ਆ ਕੇ ਖਲੋ ਗਿਆ। ਤੁਹਾਨੂੰ ਕਿਤੇ ਵੇਖਿਆ ਹੋਇਆ, ਤੁਸੀਂ ਖਾਲਸਾ ਕਾਲਜ 'ਚ ਤਾਂ ਨਹੀਂ ਪੜ੍ਹਦੇ ਰਹੇ? ਸਗੋਂ ਆਪਣੀ ਮੁਸਕਰਾਹਟ ਨੂੰ ਮੈਂ ਕੁਝ ਕੁ ਬੇਪੈਂਦੇ ਸ਼ਬਦਾਂ ਉੱਤੇ ਉਛਾੜ ਵਾਂਗ ਚੜ੍ਹਾਉਣ ਦੇ ਯਤਨ ਵਿੱਚ ਸਾਂ। ਉਸ ਕਾਹਲੀ ਨਾਲ ਮੇਰੀ ਮੁਸਕਰਾਹਟ ਦੀ ਬਾਂਹ ਫੜ ਲਈ। ਤੁਸੀਂ ਮਨਮੋਹਣ ਹੀ ਹੋ ਨਾ। ਮੇਰੀ ਮੁਸਕਰਾਹਟ ਨੇ ਸਾਡੇ ਵਿਚਾਲੇ ਫੈਲਿਆ ਵਰਿਆਂ ਦਾ ਥਲ ਮਨਫੀ ਕਰ ਦਿੱਤਾ ਸੀ। ਮੈਂ ਖੁਦ ਵੀ ਉਹਦੀ ਆਵਾਜ਼ ਦਾ ਝਿਜਕਦਾ ਸੁਰ ਪਛਾਣ ਲਿਆ। ਮੇਰੇ ਚੇਤੇ ਦੀ ਹਨੇਰੀ ਗੁੱਠ ਵਿੱਚ ਉਸੇ ਪਲ ਦੀਵਾ ਜਗ ਪਿਆ। ਤੇਰੀ ਭਲੀ ਹੋ ਜੇ, ਮੋਰਾਂ 'ਚ ਧੌਲ ਜੜਦਿਆਂ ਉਸ ਬਾਹਾਂ ਮੇਰੇ ਦੁਆਲੇ ਵਲਾ ਦਿੱਤੀਆਂ। ਮੈਂ ਤੈਨੂੰ ਪਛਾਣਦਾ ਵੀ ਕਿੱਤਰਾਂ? ਕਾਲੀ ਦੇ ਦਿਨੀ ਤਾਂ ਤੂੰ ਅੰਦਾੜੀਆ ਹੁੰਦਾ ਸੈਂ। ਮੇਰੀ ਠੋਡੀ 'ਤੇ ਤਾਂ ਫਿਰ ਵੀ ਝੂਠੇ ਗਵਾਹ ਦੇ ਅੰਗੂਠੇ ਵਰਗੀ ਕਾਲੋਂ ਸੀ। ਮੈਂ ਉਹਦੀਆਂ ਬਾਹਾਂ 'ਚ ਹੱਸਿਆ, ਪਰ ਤੇਰਾ ਚਿਹਰਾ ਤਾਂ ਅਸਲੋਂ ਹੀ ਹਥੇਲੀ ਵਰਗਾ ਹੁੰਦਾ ਸੀ। ਨਾ ਮੈਂ ਕ੍ਰਿਸ਼ਨ ਸੀ ਅਤੇ ਨਾ ਉਹ ਸੁਦਾਮਾ, ਪਰ ਮੇਰੀ ਯਾਰੀ ਉਹਦੇ ਲੜਦੀ ਗੰਢ ਸੀ। ਕੈਮਿਸਟਰੀ ਦੇ ਸਬਕ ਮੇਰੇ ਕੋਲੋਂ ਕੰਨੀ ਕਤਰਾ ਕੇ ਗੁਜ਼ਰ ਜਾਂਦੇ ਸਨ। ਉਹ ਖਾਲੀ ਪੀਰੀਅਡ 'ਚ ਮੇਰੇ ਨਾਲ ਸਿਰ ਖਪਾਈ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਝੋਨੇ ਨਾਲ ਡੀਲੇ ਨੂੰ ਵੀ ਪਾਣੀ ਮਿਲਦਾ ਰਿਹਾ ਸੀ। ਉਸ ਦਿਨ ਅੱਤ ਦੀ ਠੰਡ 'ਚ ਸਰੀਰ ਸੁੰਨ ਹੋ ਗਿਆ ਸੀ। ਪਿਛਲਾ ਸਬਕ ਸਮਝਣ ਤੋਂ ਪਿੱਛੋਂ ਮੈਂ ਆਖਿਆ, ਚੱਲ ਕੈਂਟੀਨ 'ਚੋਂ ਚਾਹ ਪੀ ਕੇ ਆਉਂਦੇ ਹਾਂ। ਉਹ ਦੁਚਿੱਤੀ ਵਿੱਚ ਸੀ ਅਤੇ ਮੈਂ ਉਹਨੂੰ ਬਾਹੋਂ ਫੜ ਕੇ ਨਾਲ ਲੈ ਤੁਰਿਆ। ਕੈਂਟੀਨ ਦੀ ਕੁਰਸੀ 'ਤੇ ਬੈਠਾ ਉਹ ਬੌਣਾ ਜਿਹਾ ਹੋ ਗਿਆ। ਤੱਤੀ ਚਾਹ ਦੀਆਂ ਚੁਸਕੀਆਂ ਭਰਦਾ ਉਹ ਅੰਦਰ ਹੀ ਅੰਦਰ ਕਿਧਰੇ ਠਰ ਰਿਹਾ ਸੀ। ਤੁਰਨ ਵੇਲੇ ਉਹ ਜੇਬ ਨੂੰ ਹੱਥ ਮਾਰ ਕੇ ਪੈਸੇ ਦੇਣ ਦਾ ਵਿਖਾਲਾ ਵੀ ਨਹੀਂ ਸੀ ਕਰ ਸਕਿਆ। ਉਹਦੇ ਕਿਤਾਬਾਂ ਮੰਗ ਕੇ ਘਰ ਲਿਜਾਣ ਦਾ ਅਰਥ ਮੈਂ ਉਸੇ ਦਿਨ ਸਮਝਿਆ ਸੀ। ਮੈਂ ਉਹਨੂੰ ਬਾਹੋਂ ਫੜ ਕੇ ਮੁੜ ਕਦੀ ਕੈਂਟੀਨ ਨੂੰ ਨਹੀਂ ਸੀ ਲਿਜਾ ਸਕਿਆ। ਮੈਨੂੰ ਡਰ ਹੋ ਗਿਆ ਸੀ ਕਿਤੇ ਉਹ ਗਿਟਮੁਠੀਆ ਨਾ ਹੋ ਜਾਏ। ਉਹ ਪੁਰਾਣੇ ਚਿੱਠੇ ਫੋਲ ਕੇ ਬੈਠ ਗਿਆ। ਸੜਕਾਂ ਦੇ ਰੁੱਖਾਂ ਨੂੰ ਘੱਟੇ ਨਾਲ ਭਰ ਕੇ ਇੱਕ ਕਾਰ ਸਾਡੇ ਕੋਲੋਂ ਲੰਘ ਗਈ। ਆ ਕੇ ਤੂੰ ਚਾਹ ਪੀਂਦੇ ਹਾਂ? ਬਾਹੋਂ ਫੜ ਕੇ ਉਹ ਮੈਨੂੰ ਚਾਹ ਦੀ ਦੁਕਾਨ ਵੱਲ ਲੈ ਤੁਰਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਵਾਰ ਮੈਂ ਉਹਦੀ ਬਾਂਹ ਫੜ ਕੇ ਕਾਲਜ ਦੀ ਕੈਂਟੀਨ ਵੱਲ ਲੈ ਤੁਰਿਆ ਸਾਂ। ਅਸੀਂ ਸੁੰਨੀ ਜਿਹੀ ਦੁਕਾਨ ਦੀਆਂ ਥਿੰਦੀਆਂ ਕੁਰਸੀਆਂ 'ਤੇ ਜਾ ਬੈਠੇ। ਅੱਜ ਸ਼ਾਮੀ ਮੈਂ ਕਲੱਬ ਦੇ ਫੰਕਸ਼ਨ 'ਤੇ ਵੀ ਜਾਣਾ ਸੀ। ਮੈਂ ਉਹਦੇ ਕੋਲ ਅੱਧਾ ਕੁ ਘੰਟਾ ਹੋਰ ਬੈਠ ਸਕਦਾ ਸਾਂ, ਪਰ ਯਾਰ ਨੇ ਅਤੀਤ ਦੇ ਦੀਵੇ ਬਾਲ ਲਏ ਸਨ। ਗੱਲਾਂ ਦੀ ਲੜੀ ਪਹਾੜੀ ਰਾਹ ਵਰਗੇ ਮੋੜ ਕੱਟਦੀ ਕੁੜੀਆਂ 'ਤੇ ਆ ਟਿੱਕੀ। ਹੁਣ ਗੱਲਾਂ ਦੇ ਪਿੰਗਲ ਹੋਣ ਤੱਕ ਅਸੀਂ ਪਾਣੀ ਪਾਈ ਜਾਣਾ ਸੀ। ਉਹ ਕੁੜੀ ਫਿਰ ਨਹੀਂ ਮਿਲੀ ਕਿਤੇ? ਕਿਹੜੀ ਕੁੜੀ? ਲੈ ਜਾਣੀ 3100 ਦੁਆਲੇ ਫਿਰਦੀਆਂ ਸੀ ਵੱਡੇ ਧੀਦੋ ਦੇ। ਮੈਂ ਸ਼ਰਾਰਤ ਨਾਲ ਮੁਸਕਰਾਇਆ, ਝੁੰਗੇ 'ਚ ਉਹੀ ਤਾਂ ਇੱਕ। ਉਹ ਝੇਂਪ ਗਿਆ, ਨਹੁੰ ਨਾਲ ਮੇਜ਼ 'ਤੇ ਲੀਕਾਂ ਵਾਹੁੰਦਾ ਹੱਸਿਆ। ਮੇਰੇ ਲਈ ਵੀ ਤਾਂ ਉਹ ਕੰਧ ਦੇ ਦੂਜੇ ਪਾਸੇ ਹੀ ਸੀ। ਉਸ ਸਾਲ ਉਹ ਇਮਤਿਹਾਨ ਦੇ ਨੇੜੇ ਮੇਰੇ ਕੋਲ ਹੀ ਆ ਟਿਕਿਆ ਸੀ। ਕਿਰਾਏ ਦੇ ਕਮਰੇ ਨੂੰ ਸਮੁੰਦਰ ਮਿੱਥ ਕੇ ਅਸੀਂ ਬਾਤਾਂ ਦੀਆਂ ਬੇੜੀਆਂ ਤਾਰਨ ਲੱਗ ਪਏ ਸਾਂ। ਵਿਹੜੇ 'ਚੋਂ ਆਉਂਦੀ ਉਸ ਕੁੜੀ ਦੇ ਗੀਤ ਦੀ ਗੁਣਗੁਣਾਹਟ ਸਾਡੇ ਸਲਾਬੇ ਕਮਰੇ ਦਾ ਪਹਿਲਾ ਸੂਰਜਮੁਖੀ ਸੀ। ਜੇ ਆਵਾਜ਼ ਲਈ ਸਿਰਫ ਕੰਨਾਂ ਦੇ ਭਿੱਤ ਖੁੱਲ੍ਹੇ ਰੱਖਣੇ ਹੁੰਦੇ ਤਾਂ ਕੋਈ ਗੱਲ ਨਹੀਂ ਸੀ, ਪਰ ਅੱਖਾਂ 'ਚ ਰੇਤ ਥਲ ਸਨ। ਸਾਡੀ ਪਿਆਸ ਵਿਚਾਲੇ ਦਰਵਾਜ਼ੇ ਦੀ ਮੋਰੀ ਦੀ ਮੁਹਤਾਜ ਸੀ। ਕੁੜੀ ਦੀ ਗੁਣਗੁਣਾਹਟ ਬੰਦ ਕਮਰੇ 'ਚ ਆ ਕੇ ਅੰਗੜਾਈ ਲੈਂਦੀ ਤਾਂ ਸਾਡੀਆਂ ਖੁੱਲ੍ਹੀਆਂ ਕਿਤਾਬਾਂ ਖੁੱਲ੍ਹੀਆਂ ਰਹਿ ਜਾਂਦੀਆਂ।
ਦਗੜ ਦਗੜ ਕਰਦੇ ਅਸੀਂ ਦੋਵੇਂ ਬੰਦ ਦਰਵਾਜ਼ੇ ਵੱਲ ਦੌੜਦੇ। ਪਹਿਲਾਂ ਪਹੁੰਚਣ ਵਾਲਾ ਮੋਰੀ ਮੱਲ ਲੈਂਦਾ ਅਤੇ ਦੂਜਾ ਬੇਚੈਨੀ ਜਿਹੀ ਝਾਕਦਾ, ਯਾਰ ਮੈਨੂੰ ਵੀ ਥੋੜ੍ਹਾ ਜਿਹਾ ਵੇਖ ਲੈਣ ਦੇ। ਇਹ ਦੂਜਾ ਅਕਸਰ ਉਹ ਹੁੰਦਾ ਸੀ ਆਪਣੇ ਨਾਲ ਨਿੱਤ ਹੁੰਦੇ ਅਨਿਆਂ ਦਾ ਹੱਲ ਵੀ ਉਸੇ ਨਹੀਂ ਲੱਭਿਆ ਸੀ। ਕੁੜੀ ਦੇ ਬੋਲਾਂ ਦੀ ਕਿਣਮਿਣ ਵਿੱਚ ਵੱਧ ਵਲੇਟਿਆ ਬਿਸਤਰਾ ਦੂਜੇ ਮੰਜੇ 'ਤੇ ਸੁੱਟ ਕੇ ਮੰਜਾ ਕੰਧ ਦੇ ਸਹਾਰੇ ਖੜ੍ਹਾ ਕਰ ਲੈਂਦਾ। ਵਾਣ 'ਚ ਅੰਗੂਠੇ ਫਸਾ ਕੇ ਵੱਖ ਝਮਕਦਿਆਂ ਰੋਸ਼ਨਦਾਨ ਤੱਕ ਪਹੁੰਚ ਜਾਂਦਾ। ਇਮਤਿਹਾਨ ਦੇ ਮੁੱਕਣ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਸੀ, ਪਰ ਉਹਨੇ ਆਪਣੀ ਔਖ ਦਾ ਕਦੀ ਗਿਲਾ ਨਹੀਂ ਸੀ ਕੀਤਾ। ਦੋ ਪਹਾੜਾਂ ਦੇ ਵਿਚਕਾਰ ਹਮੇਸ਼ਾ ਇੱਕ ਨਦੀ ਹੁੰਦੀ ਹੈ, ਪਰ ਉਹ ਨਦੀ ਸਾਡੇ ਵਿਚਕਾਰ ਨਹੀਂ ਸੀ। ਉਹ ਗੁਣਗੁਣਾਉਂਦੀ ਹੋਈ ਪਾਸਿਓਂ ਦੀ ਵਗ ਰਹੀ ਸੀ। ਅਸੀਂ ਉਹਦੇ ਪਾਣੀਆਂ ਨੂੰ ਬਸ ਨਜ਼ਰਾਂ ਨਾਲ ਚੁੰਮਿਆ ਸੀ। ਹੁਣ ਤਾਂ ਸ਼ਾਇਦ ਬੀਆ ਬਾਨ ਜਿਹਾ ਕਮਰਾ ਆਪਣੀ ਜਵਾਨੀ ਲਈ ਹੌਕੇ ਭਰ ਰਿਹਾ ਹੋਵੇ। ਕੀ ਪਤਾ, ਕੀ ਪਤਾ ਆਪਾਂ ਨੂੰ ਨਹੀਂ ਮਾਜ਼ੀ ਦੇ ਆਸ਼ਿਕ ਨੇ ਚੁੱਪ ਵਰਗਾ ਠਹਾਕਾ ਮਾਰਿਆ। ਜਿਹੜੀਆਂ ਕੁੜੀਆਂ ਪਹੁੰਚ ਤੋਂ ਬਾਹਰ ਹੁੰਦੀਆਂ ਨੇ ਉਹ ਇੰਨੀਆਂ ਪਿਆਰੀਆਂ ਕਿਉਂ ਲੱਗਦੀਆਂ ਨੇ ਭਲਾ? ਮੈਂ ਉਹਦੇ ਹਾਸੇ 'ਚੋਂ ਉਦਾਸੀ ਦੀ ਪੈੜ ਨੱਪ ਲਈ। ਇਹ ਵੀ ਇੱਕ ਹਾਦਸਾ ਹੀ ਸੀ ਕਿ ਉਸ ਕੁੜੀ ਨੂੰ ਲੈ ਕੇ ਕੋਈ ਹਾਦਸਾ ਨਹੀਂ ਸੀ ਹੋਇਆ? ਉਦਾਸੀ ਦੇ ਗੁੰਬਦ ਨੂੰ ਤਿੜਕਾਉਣ ਖਾਤਰ ਮੈਂ ਹੱਸਿਆ, ਤੂੰ ਵਿਆਹ ਕਰਵਾ ਲਿਆ ਕਿ ਅਜੇ ਵੀ ਬੂਹਿਆਂ ਦੀਆਂ ਮੋਰੀਆਂ 'ਚ ਬਗਾਨੀਆਂ ਕੁੜੀਆਂ ਹੀ ਵੇਖਦਾ ਫਿਰਦਾ? ਸੁੱਖ ਨਾਲ ਹੁਣ ਤਾਂ ਆਪਣਾ ਭਰਿਆ ਪਰਿਵਾਰ ਹੈ, ਉਸ ਉਤਸ਼ਾਹ ਨਾਲ ਦੱਸਿਆ, ਤਿੰਨ ਬੱਚੇ ਨੇ, ਫਿਰ ਕਦੋਂ ਮਿਲਵਾ ਰਿਹਾ? ਮਹੀਨੇ ਕੁ ਤੱਕ ਕੁਆਟਰ ਮਿਲ ਜੂ, ਘਬਰਾ ਨਾ, ਟੱਬਰ ਆਏ ਤਾਂ ਸਾਰਿਆਂ ਤੋਂ ਪਹਿਲਾਂ ਤੈਨੂੰ ਹੀ ਪਤਾ ਲੱਗੂ, ਪਰ ਤੂੰ ਮੇਰੀਆਂ ਹੀ ਸੁਣਦਾ ਰਹੇਂਗਾ ਕਿ ਆਪਣੀ ਵੀ ਕੋਈ ਦੱਸੇਗਾ? ਮੈਂ ਤਾਂ ਇੱਥੇ ਹੀ ਹਾਂ ਛਾਉਣੀ 'ਚ, ਵਿਆਹ ਅਜੇ ਨਹੀਂ ਹੋਇਆ, ਹੋਣ ਨੂੰ ਫਿਰਦਾ। ਫੌਜੀ ਤਾਂ ਤੂੰ ਚੌਕਟੇ ਤੋਂ ਹੀ ਦਿਨ ਆਏ, ਪਰ ਯੂਨਿਟ ਕਿਹੜੀ ਹੋ? ASC ਬਟਾਲੀਅਨ ਅਤੇ ਤੇਰੀ? ਮੈਂ ਵਰਕਸ਼ਾਪ 'ਚ ਹਾਂ। ਕਮਾਲ ਆ, ਮੈਂ ਵੇਖਿਆ ਮੈਨੂੰ ਸਾਲ ਹੋਣ 'ਤੇ ਆਇਆ, ਤੇਰਾ ਪਤਾ ਹੀ ਨਹੀਂ ਲੱਗਾ। ਤੇਰੀ ਵਰਕਸ਼ਾਪ ਨਾਲ ਤਾਂ ਮੈਨੂੰ ਕੋਈ ਨਾ ਕੋਈ ਕੰਮ ਪਿਆ ਹੀ ਰਹਿੰਦਾ। ਮੇਰੇ ਹੁੰਦਿਆਂ ਤੂੰ ਹੁਣ ਆਪਣੇ ਕੰਮ ਦਾ ਫਿਕਰ ਨਾ ਕਰੀਂ, ਤੇਰੇ ਕੰਮ ਆਪਣੇ ਆਪ ਹੋਇਆ ਕਰਨਗੇ, ਉਸ ਮਾਣ ਜੇ ਨਾਲ ਆਖਿਆ। ਪਰ ਵਰਕਸ਼ਾਪ 'ਚ ਆਵੀਂ ਜ਼ਰੂਰ, ਕਿਸੇ ਨੂੰ ਵੀ ਹੌਲਦਾਰ ਅਮੋਲਕ ਸਿੰਘ ਕਹਿ ਕੇ ਪੁੱਛ ਲਈ, ਸਾਰੇ ਜਾਣਦੇ ਨੇ ਇੱਥੇ ਆਪਣਾ ਵੱਜਕਾ ਚੰਗਾ ਬਣਿਆ ਹੋਇਆ। ਤੂੰ ਵੀ ਆਵੀਂ? ਮੈਂ ਤਾਂ ਆਊਂਗਾ ਹੀ, ਕਿੱਥੇ ਮਿਲੇਗਾ ਤੂੰ? ਮੇਰਾ ਤਾਂ ਸੌਖਾ ਹੀ ਹੈ, ਵਰਕਸ਼ਾਪ ਵਾਲੀ ਸੜਕ ਸਿੱਧੀ ਅਫਸਰ ਮੈਸ ਨੂੰ ਆਉਂਦੀ ਹੈ। ਫਾਟਕ ਵਾਲੇ ਸੰਤਰੀ ਨੂੰ ਕੈਪਟਨ ਮਨਮੋਹਨ ਕਹਿ ਕੇ ਪੁੱਛ ਲਈ, ਉਹ ਤੈਨੂੰ ਮੇਰੇ ਕਮਰੇ ਤੱਕ ਛੱਡ ਆਓ। ਅਚਨਚੇਤੀ ਉਹਦਾ ਰੰਗ ਪੀਲਾ ਪੈ ਗਿਆ, ਚਾਹ ਦਾ ਆਖਰੀ ਘੁੱਟ ਕੌੜੇ ਘੁੱਟ ਵਾਂਗ ਭਰਦਿਆਂ ਉਹ ਕੁਰਸੀ 'ਚ ਇਕੱਠਾ ਹੋ ਗਿਆ। ਕੱਲ੍ਹ ਆ ਜਾਈਂ, ਕੱਲ੍ਹ ਮੈਂ ਵਿਹਲਾ ਹੀ ਹਾਂ। ਨਹੀਂ ਸਰ, ਕੱਲ੍ਹ ਤਾਂ ਆਇਆ ਨਹੀਂ ਜਾਣਾ, ਫਿਰ ਕਿਸੇ ਦਿਨ। ਆਪਣੇ ਖੋਲ ਦੇ ਅੰਦਰ ਦੁਬਕਿਆ ਬੈਠਾ ਉਹ ਹੌਲੀ ਜਿਹੀ ਬੋਲਿਆ। ਮੇਰਾ ਸਾਹ ਸੁੱਤਿਆ ਗਿਆ, ਮੇਰੇ ਸਾਹਵੇਂ ਦੋਸਤੀ ਦਾ ਕੌਲ ਫੁੱਲ ਜਿਵੇਂ ਪੱਤੀ ਪੱਤੀ ਹੋ ਕੇ ਕਿਰ ਗਿਆ। ਇੱਕ ਅਜਨਬੀ ਕੁੜੀ ਲਈ ਰਲ ਕੇ ਭਰੇ ਸਾਹ ਗੜੇ ਬਣ ਕੇ ਸਿਰ 'ਤੇ ਡਿੱਗੇ, ਪੱਥਰ ਲੀਕਾਂ ਵਰਗਾ, ਅਤੀਤ ਸਲੇਟ 'ਤੇ ਲਿਖੀ ਪਾਣੀ ਦੀ ਇਬਾਰਤ ਵਰਗਾ ਹੋ ਗਿਆ। ਉਹ ਜਿਹਨੇ ਮਿਲਣ ਸਾਰ ਹੀ ਮੇਰੇ ਮੋਹਰਾਂ 'ਚ ਧੌਲ ਜੜ ਦਿੱਤੀ ਸੀ, ਉਹ ਜਿਹਨੇ ਮੈਨੂੰ ਬਾਹਾਂ 'ਚ ਵੜ ਲਿਆ ਸੀ, ਉਹਨੇ ਹੁਣ ਮੈਨੂੰ ਕਦੀ ਯਾਰ ਨਹੀਂ ਸੀ ਕਹਿਣਾ, ਉਹਨੇ ਹੁਣ ਮੈਨੂੰ ਸਰ ਹੀ ਆਖਣਾ ਸੀ। ਗਰੀਬੀ ਉਹਦੀਆਂ ਨਾੜਾਂ ਦਾ ਲਹੂ ਹੋ ਗਈ ਸੀ ਸ਼ਾਇਦ। ਦੁਕਾਨ ਦੇ ਕਾਊਂਟਰ ਤੱਕ ਪਹੁੰਚਦਿਆਂ ਕਾਲਜ ਦੇ ਦਿਨਾਂ ਵਰਗਾ ਹੀ ਗਰੀਬ ਹੋ ਗਿਆ। ਅਸੀਂ ਇੱਕੋ ਪੌੜੀ ਦੇ ਦੋ ਡੰਡੇ ਸੀ, ਉਹਦੇ ਹੇਠਲੇ ਡੰਡਾ ਹੋਣ ਦਾ ਫਰਕ ਇਹ ਸੀ ਕਿ ਉਹਨੂੰ ਵਿਚਲੀ ਵਿੱਥ ਅਸਮਾਨ ਵਾਲੇ ਪਾਸੇ ਦਿਸਦੀ ਸੀ। ਇਸੇ ਵਿੱਥ ਨੇ ਹੀ ਮੈਨੂੰ ਯਾਰ ਤੋਂ ਅਛੂਤ ਬਣਾ ਦਿੱਤਾ ਸੀ। ਦੁਕਾਨ ਤੋਂ ਬਾਹਰ ਆਉਣ ਤੱਕ ਗੱਲਾਂ ਹਵਾ ਹੋ ਗਈਆਂ। ਮੈਂ ਟੁੱਟ ਗਈ ਤੰਦ ਨੂੰ ਫੜਨ ਲਈ ਅੱਖੀਂ ਪਲਾਹੀਂ ਹੱਥ ਮਾਰਿਆ, ਕਿਸੇ ਤਰ੍ਹਾਂ ਦੀ ਕੋਈ ਔਖ ਹੋਵੇ ਤਾਂ ਦੱਸੀ, ਤੇਰੇ ਸਾਹਿਬ ਲੋਕ ਮੇਰੇ ਯਾਰ ਬੇਲੀ ਹੀ ਨੇ। ਕਾਲਜ 'ਚ ਚਾਹ ਦੇ ਸੱਦੇ 'ਤੇ ਉਸ ਇੱਕ ਵਾਰੀ ਮੈਥੋਂ ਬਾਂਹ ਛੁਡਵਾ ਲਈ ਸੀ, ਪਰ ਅੱਜ ਜਿਵੇਂ ਉਸ ਆਪਣੀ ਬਾਂਹ ਮੇਰੇ ਕੋਲ ਹੀ ਰਹਿਣ ਦਿੱਤੀ।
ਸਰ ਮੇਰੀ ਰਿਪੋਰਟ ਜਾਣ ਵਾਲੀ ਹੈ, ਜੇ ਤੁਸੀਂ ਮੇਰੇ ਓਸੀ ਨੂੰ ਕਹਿ ਦਿਓ ਤਾਂ ਰਿਪੋਰਟ ਚੰਗੀ ਮਿਲ ਜੂ। ਇਸ ਤਰ੍ਹਾਂ ਪ੍ਰਮੋਸ਼ਨ ਦੀ ਗੱਲ ਸੌਖੀ ਬਣ ਸਕਦੀ ਹੈ। ਮੈਂ ਉਹਨੂੰ ਦੱਸਣਾ ਚਾਹੁੰਦਾ ਸੀ ਕਿ ਯਾਰ ਬਸ ਯਾਰ ਹੁੰਦਾ, ਸਰ ਨਹੀਂ ਹੁੰਦਾ, ਪਰ ਉਹ ਪਹਿਲੇ ਹੀ ਬੌਣਾ ਸੀ ਅਤੇ ਮੈਨੂੰ ਉਹਦੇ ਜ਼ਮੀਨ 'ਤੇ ਵਿੱਚ ਜਾਣ ਦਾ ਤੌਖਲਾ ਮਾਰ ਗਿਆ। ਮੈਂ ਬਸ ਇੰਨਾ ਹੀ ਆਖਿਆ, ਤੂੰ ਫਿਕਰ ਨਾ ਕਰੀ, ਤੇਰਾ ਕੰਮ ਭਲਕਾ ਹੀ ਹੋ ਜੂ। ਮਾਲ ਰੋਡ 'ਤੇ ਚੌਂਕ ਤੱਕ ਅਸੀਂ ਚੁੱਪ ਚਾਪ ਤੁਰੇ ਆਏ। ਸੜਕ ਟੱਪਦਿਆਂ ਉਸ ਪਿੱਛੇ ਮੁੜਨ ਦੀ ਗੱਲ ਕੀਤੀ। ਮੈਂ ਕੁਝ ਸੌਦਾ ਖਰੀਦਣਾ ਸੀ ਬਾਜ਼ਾਰੋਂ। ਸਾਡਾ ਰਾਹ ਇੱਕੋ ਸੀ ਪਰ ਫਿਰ ਵੀ ਇੱਕੋ ਨਹੀਂ ਸੀ। ਇਕੱਠੇ ਤੁਰਨ ਦਾ ਸਿਰਫ ਦਿਖਾਵਾ ਹੀ ਹੋ ਸਕਦਾ ਸੀ। ਮੇਰੇ ਦੁਆਲੇ ਸਿੱਖਾਂ ਦਾ ਜੰਗਲਾ ਸੀ ਅਤੇ ਉਹਦੇ ਦੁਆਲੇ ਬਰਫ਼ ਦੀਆਂ ਸਿਲਾਂ। ਮੈਂ ਸਿੱਖਾਂ ਥਾਣੀ ਉਹਦੇ ਵੱਲ ਹੱਥ ਵਧਾ ਦਿੱਤਾ। ਚੰਗਾ ਫਿਰ, ਕਿਤੇ ਆਵੀਂ ਜ਼ਰੂਰ। ਉਸ ਬਾਹਾਂ ਮੇਰੇ ਦੁਆਲੇ ਵਲਣੀਆਂ ਸਨ, ਪਰ ਉਹ ਸਾਵਧਾਨ ਹੋਣ 'ਤੇ ਫੌਜੀ ਅੰਦਾਜ਼ 'ਚ ਬਾਹਾਂ ਪਿੰਡ ਦੀ ਬਾਹਰਲੀ ਸਿਉਣ ਵੱਲ ਖਿੱਚ ਲਈਆਂ ਅਤੇ ਫਿਰ ਝਿਜਕਦਿਆਂ ਹੱਥ ਅੱਗੇ ਕਰਤਾ। ਅੱਛਾ ਸਰ, ਗੁੱਡ ਨਾਈਟ। ਉਹ ਮੇਰੇ ਕੋਲੋਂ ਇਸ ਤਰ੍ਹਾਂ ਵਿਦਾ ਹੋਇਆ ਜਿਵੇਂ ਕਿਸੇ ਇਲਜ਼ਾਮ ਦੀ ਜ਼ਿਲਤ ਉਹਦੇ ਨਾਲ ਤੁਰ ਰਹੀ ਹੁੰਦੀ ਹੈ। ਉਸ ਇੱਕ ਵਾਰ ਪਿੱਛਾਂ ਭੌਂ ਕੇ ਵੇਖਿਆ ਅਤੇ ਫਿਰ ਗੁੰਮ ਹੋਣ ਦੇ ਯਤਨ 'ਚ ਹਰਫਲੇ ਪੈਰ ਭੀੜ ਵੱਲ ਪੁੱਟ ਲਏ। ਮੈਂ ਸੜਕ 'ਤੇ ਖਲੋਤਾ ਮੰਦਰ ਦਾ ਕਲਸ ਹੋ ਗਿਆ ਸਾਂ। ਉਸ ਪਲ ਮੈਂ ਜਾਣਦਾ ਸਾਂ ਉਹਨੇ ਹੁਣ ਮੈਨੂੰ ਦੂਰੋਂ ਹੀ ਵੇਖਣਾ ਸੀ ਅਤੇ ਜਾਂ ਕਦੀ ਕਦਾਈ ਦੁਆ ਲਈ ਹੱਥ ਅੱਡਣੇ ਸਨ। ਧੰਨਵਾਦ।